ਹਾਂਜੀ ਸਤਿ ਸ਼੍ਰੀ ਅਕਾਲ ਸਰ, ਗਗਨਦੀਪ ਸਰ ਜੀ ਠੀਕ ਠਾਕ? ਹਾਂਜੀ ਹਾਂਜੀ ਬੋਲ ਰਿਹਾ ਸਰ। ਹਾਂਜੀ ਹਾਂਜੀ ਸਰ ਜੀ, ਕਰ ਰਹੇ ਹੋ ਕੇ ਬਾਹਰ? ਨਹੀਂ ਸਰ, ਘਰ ਹੀ ਆ। ਕੋਈ ਲਾਗੇ ਹੈ ਬਈ? ਆ ਨਹੀਂ ਸਰ, ਕੱਲੀ ਆ ਰੂਮ 'ਚ ਆ। ਕੀ ਹੋਇਆ? ਅੱਛਾ ਨਹੀਂ ਨਹੀਂ ਵੈਸੇ ਮੈਂ ਪਹੁੰਚ ਰਿਹਾ ਸੀ। ਹਾਂ ਠੀਕ ਠਾਕ ਸਰ, ਠੀਕ ਠਾਕ ਪਹੁੰਚ ਗਿਆ ਸੀ ਕਿ? ਹਾਂਜੀ ਹਾਂਜੀ ਸਰ। ਚਲੋ ਵਧੀਆ। ਹੋਰ ਕੀ ਕਰ ਰਹੇ ਰੂਮ 'ਚ? ਕੁਛ ਨਹੀਂ, ਫ੍ਰੀ। ਅੱਛਾ, ਟਾਈਮ ਬੜਾ ਮੁਸ਼ਕਿਲ ਨਿਕਲਦਾ ਘਰ ਦੇ ਵਿੱਚ? ਨਹੀਂ ਮੈਂ ਤਾਂ ਫ੍ਰੀ ਰਹਿੰਦੀ ਆ। ਨਹੀਂ ਨਹੀਂ ਮੈਂ ਤਾਂ ਟਾਈਮ ਮਤਲਬ ਪਾਸ ਨਹੀਂ ਹੁੰਦਾ ਘਰ ਦੇ ਰਹਿੰਦੇ ਤੇ ਰਹਿੰਦੇ। ਹਾਂਜੀ ਇਹ ਤਾਂ ਹੈ। ਚਲੋ ਤੇ ਸਾਰਾ ਦਿਨ ਕੀ ਕਰਦੇ ਹੁੰਦੇ? ਕੁਛ ਨਹੀਂ, ਫ੍ਰੀ ਰਹਿੰਦੀ ਆ। ਕਰਨਾ ਵੀ ਕੀ ਆ ਇੱਥੇ? ਤੁਸੀਂ
ਨਹੀਂ ਨਹੀਂ ਸਰ ਕੋਈ ਨਹੀਂ ਆ ਜਾਵਾਂਗੀ ਉਹ ਤਾਂ ਮੈਂ। ਅੱਛਾ ਫਿਰ ਇੱਕ ਦਿਨ ਇੱਦਾਂ ਕਰਾਂਗੇ ਨਾ, ਜਿੱਦਾਂ ਜਲੰਧਰ ਜਾਣਾ, ਹਾਂਜੀ ਫਿਰ ਤੁਹਾਨੂੰ ਮੈਂ ਜਲੰਧਰ ਲੈ ਜਾਊਂਗਾ ਨਾਲ, ਤੁਸੀਂ ਮਤਲਬ ਠੀਕ ਹੈ ਨਾ, ਉੱਥੇ ਫਿਰ ਕੈਬ ਆ ਦਿਓ, ਫਿਰ ਉਹੀ ਮੈਂ ਕੰਮ ਕਰਾ ਦੂੰਗਾ। ਓਕੇ ਸਰ ਠੀਕ ਹੈ, ਹਾਂਜੀ ਦੱਸ ਦਿਓ ਫਿਰ ਜਿਸ ਦਿਨ ਜਲੰਧਰ ਜਾਣਾ। ਹਾਂ ਉਹ ਤਾਂ ਜਾਣਾ ਯਾ ਮਤਲਬ, ਚਲੋ ਕੋਈ ਨਹੀਂ ਆਪਾਂ ਫਿਰ ਮਿਲਦੇ ਹਾਂ ਕਦੇ ਦਿਨ, ਮੈਂ ਤੁਹਾਨੂੰ ਫੋਨ ਕਰਦਾ। ਹਾਂਜੀ ਤੇ ਤੁਸੀਂ ਫਿਰ ਤੁਸੀਂ ਆ ਜਿਓ ਉੱਥੇ, ਮੈਂ ਲੈ ਕਰਵਾ ਕੋ ਬੰਦਾ ਲੈ ਕੇ ਬੰਦੇ ਵਾਸਤੇ। ਓਕੇ ਸਰ, ਓਕੇ, ਥੈਂਕ ਯੂ, ਟੇਕ ਕੇਅਰ। ਓਕੇ ਸਰ, ਥੈਂਕ ਯੂ।